ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰ ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ ਦੇ ਵਿੱਚ ਮੈਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਸਟੂਡੀਓ ਵਿੱਚ ਆਉਣ ਦੇ ਲਈ। ਡਾਕਟਰ ਸਾਹਿਬ ਜੀ ਬਹੁਤ ਸਵਾਗਤ ਹੈ ਆਪ ਜੀ ਦਾ ਸਟੂਡੀਓ ਵਿੱਚ ਆਉਣ ਦੇ ਲਈ। ਡਾਕਟਰ ਸਾਹਿਬ ਜੀ, ਅਸੀਂ ਸਭ ਤੋਂ ਪਹਿਲਾਂ ਗੱਲ ਲਈਏ ਤਾਂ ਦੇਸ਼ ਵਿੱਚ ਜਦੋਂ ਵੀ ਕਦੇ ਕੋਈ ਰੋਸ ਪ੍ਰਦਰਸ਼ਨ ਹੁੰਦੇ ਨੇ ਤਾਂ ਜਨਤਕ ਸੰਪੱਤੀ ਨੂੰ ਪਹਿਲਾਂ ਜਿਹੜਾ ਹੈ ਬਣਾਇਆ ਜਾਂਦਾ ਹੈ ਸ਼ਿਕਾਰ, ਭੰਨ ਤੋੜ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਹੁਣ ਸਖ਼ਤ ਨੋਟਿਸ ਲਿਆ ਜੀ। ਹਾਂ, ਇਹ ਗੱਲ ਜ਼ਰੂਰੀ ਹੈ। ਪਹਿਲਾਂ ਵੀ ਵੈਸੇ ਸੁਪਰੀਮ ਕੋਰਟ ਨੇ ਪਹਿਲਾਂ ਵੀ ਇੱਥੇ ਨੋਟਿਸ ਲਿਆ ਸੀ ਜੀ, ਲੇਕਿਨ ਹੁਣ ਲੇਟੈਸਟ ਜਿਹੜੇ ਹਵਾਲੇ ਨਾਲ ਗੱਲ ਹੋਈ ਹੈ ਉਹ ਕਾਵੜੀਏ ਜਿਹੜੇ ਨੇ, ਬਿਲਕੁਲ ਉਹਨਾਂ ਨੇ ਦਿੱਲੀ ਦੇ ਵਿੱਚ ਨੋਇਡਾ ਦੇ ਵਿੱਚ ਕਾਫੀ ਜਿਹੜਾ ਹੜਦੰਗ ਮਚਾਇਆ ਜੀ। ਕਾਰਾਂ ਦੀ ਭੰਨ ਤੋੜ ਕੀਤੀ ਹੈ, ਲੋਕ ਖੜੇ ਦੇਖਦੇ ਨੇ, ਪੁਲਿਸ ਦੇਖ ਰਹੀ ਹੈ ਜੀ। ਉਹ ਜਿੱਥੇ ਜਾਂਦੇ ਨੇ, ਮਤਲਬ ਜਿਹੜੇ ਉਹ ਸ਼ਿਵ ਦੇ ਭਗਤ ਨੇ, ਕਾਵੜੀਏ ਜੇ ਤੁਸੀਂ ਸਮਝਦੇ ਹੋ, ਜਿਹੜੇ ਸ਼ਿਵ ਦੇ ਭਗਤ ਪਾਣੀ ਲੈ ਕੇ ਆਉਂਦੇ ਨੇ ਅਤੇ ਉਹ ਉਹਨਾਂ ਦੇ ਕਿਉਂਕਿ ਇਕੱਠੇ ਹੁੰਦੇ ਨੇ, ਮੌਬ ਮੈਂਟੈਲਿਟੀ ਹੁੰਦੀ ਹੈ, ਹਵਾਲਾ ਭਾਵੇਂ ਉਹਦਾ। ਪਰ ਉੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਹੋ ਕੀ ਰਿਹਾ, ਮਤਲਬ ਜਦੋਂ ਵੀ ਕੋਈ ਪ੍ਰਦਰਸ਼ਨ ਹੁੰਦਾ, ਭਾਵੇਂ ਉਹ ST SC ਦੇ ਉਦੋਂ ਪ੍ਰਦਰਸ਼ਨ ਹੋਇਆ ਜਾਂ ਮਹਾਰਾਸ਼ਟਰ 'ਚ ਪਿੱਛੇ ਪ੍ਰਦਰਸ਼ਨ ਹੋਇਆ, ਹਰਿਆਣਾ ਦੇ ਵਿੱਚ ਜਾਟ ਜਿਹੜਾ ਪ੍ਰਦਰਸ਼ਨ ਹੋਇਆ, ਇਹ ਸਾਰਿਆਂ ਦੇ ਵਿਰੋਧ 'ਚ ਜਨਤਕ ਸੰਪੱਤੀ ਕਿਉਂ ਜਿਹੜਾ ਨੁਕਸਾਨ ਹੁੰਦਾ। ਹਾਲਾਂਕਿ ਪਹਿਲਾਂ ਵੀ ਕਿਹਾ ਜਾ ਚੁੱਕਿਆ ਇਹ ਕਿ ਜਿਹੜਾ ਬੰਦਾ ਨੁਕਸਾਨ ਕਰੂਗਾ ਉਹਨੂੰ ਉਹਦੀ ਭਰਪਾਈ ਕਰਨੀ ਪਊ, ਲੇਕਿਨ ਸੁਪਰੀਮ ਕੋਰਟ ਨੇ ਹੁਣ ਇਹਦਾ ਸਖ਼ਤ ਨੋਟਿਸ ਲਿਆ ਅਤੇ ਇਹਦੇ ਵਿੱਚ ਮੁੜ ਨਿਰਦੇਸ਼ ਜਾਰੀ ਕਰਨ ਦੀ ਗੱਲ ਕੀਤੀ ਹੈ। ਬਿਲਕੁਲ ਸਹੀ ਗੱਲ ਹੈ, ਹੋਣਾ ਚਾਹੀਦਾ। ਪਬਲਿਕ ਜਿਹੜੀ ਸੰਪੱਤੀ ਹੈ ਉਸ ਦਾ ਨੁਕਸਾਨ ਬਹੁਤ ਜ਼ਿਆਦਾ, ਲੋਕ ਪਤਾ ਹੀ ਨਹੀਂ ਕਿਉਂ ਨਹੀਂ ਸਮਝਦੇ। ਪਿਛਲੇ ਦਿਨ ਹੀ ਇੱਥੇ ਅਰਬਨ ਸਟੇਟ ਦੇ ਵਿੱਚ ਪਾਰਕ ਹੈ, ਉੱਥੇ ਨਵੇਂ ਸਵੱਛ ਭਾਰਤ ਦੇ ਅਧੀਨ ਹੋਣਗੇ ਸ਼ਾਇਦ, ਉਹ ਵਾਸ਼ਰੂਮ ਬਣਾ ਕੇ ਗਏ, ਹਾਲੇ ਉਹਨੂੰ ਚਾਲੂ ਹੋਏ ਨੂੰ ਇੱਕ ਦਿਨ ਹੋਇਆ ਅਤੇ ਉਹਦੇ ਸੀਟਾਂ ਸੁੱਟਾਂ ਤੋੜ ਭੰਨ ਕਰਕੇ ਲੋਕ ਚਲੇ ਗਏ। ਸਮਝ ਨਹੀਂ ਉਹਦੀ ਕੀ ਲੋਕਾਂ ਦੀ ਵਿਰਤੀ ਹੈ। ਅਸੀਂ ਪਬਲਿਕ ਜਿਹੜੀ ਪ੍ਰੋਪਰਟੀ ਹੈ ਉਸਦਾ ਬਹੁਤ ਨੁਕਸਾਨ ਕਰਦੇ ਹਾਂ, ਤਾਂ ਇਹ ਤਾਂ ਕੁਛ ਨਾ ਕੁਛ ਕਾਨੂੰਨ ਜਿਹੜਾ ਹੈ ਹੋਰ ਸਖ਼ਤ ਹੋਣਾ ਚਾਹੀਦਾ। ਬਿਲਕੁਲ ਜੀ। ਡਾਕਟਰ ਸਾਹਿਬ, ਰਫਾਲ ਦੇ ਮਸਲੇ ਨੂੰ ਲੈ ਕੇ ਕਾਂਗਰਸ ਸਾਂਸਦਾਂ ਨੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਜੀ। ਹਾਂਜੀ, ਸੋਨੀਆ ਗਾਂਧੀ ਔਰ ਬਾਕੀ ਜਿਹੜੇ ਨੇ, ਇੱਕ ਜਹਾਜ਼ ਦਾ ਜਿਹੜਾ ਹੈ ਮਸਲਾ, ਜਦੋਂ ਹੁਣ ਪਿੱਛੇ ਜੇ ਨੋਨ ਕੌਨਫੀਡੈਂਸ ਦੇ ਵਿੱਚ ਵੀ ਰਾਹੁਲ ਗਾਂਧੀ, ਸਭ ਤੋਂ ਜ਼ਿਆਦਾ ਉਹਨਾਂ ਦੀ ਸਪੀਚ 'ਤੇ ਇਹਦੇ ਰੌਲਾ ਪਿਆ ਸੀ, ਜਦੋਂ ਉਹਨਾਂ ਨੇ ਕਿਹਾ ਸੀ ਕਿ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਦੱਸਿਆ ਇਹਦੇ 'ਚ ਇਹ ਜਨਤਕ ਨਹੀਂ ਕਰਦੇ। ਗੱਲ ਕਾਫੀ ਹੱਦ ਤੱਕ ਠੀਕ ਹੈ ਕਿ ਬਹੁਤ ਵੱਡੇ ਪੱਧਰ 'ਤੇ ਜਿਹੜਾ ਪਹਿਲਾ ਸੌਦਾ ਹੁੰਦਾ ਸੀ ਅਤੇ ਜਿਹੜਾ ਇਸ ਸਰਕਾਰ ਨੇ ਸੌਦਾ ਕੀਤਾ ਹੈ, ਉਹ 'ਚ ਬਹੁਤ ਵੱਡੇ ਪੱਧਰ 'ਤੇ ਰੇਟ ਦਾ ਫਰਕ ਹੈ ਅਤੇ ਉਹ ਇਸ ਉਹਨਾਂ ਨੂੰ ਲੱਗਦਾ ਕਿ ਇਹਦੇ ਵਿੱਚ ਇਹ ਦੱਸ ਨਹੀਂ ਰਹੇ ਲੋਕਾਂ ਨੂੰ, ਜਨਤਕ ਨਹੀਂ ਕਰ ਰਹੇ, ਅਤੇ ਸਰਕਾਰ ਕਹਿੰਦੀ ਹੈ ਵੀ ਉਹ ਗੁਪਤ ਹੈ ਸਾਡਾ ਸਮਝੌਤੇ ਦੀ ਕਲੌਜ਼, ਲੇਕਿਨ ਕਾਂਗਰਸ ਉਹਨੂੰ ਘੇਰ ਰਹੀ ਹੈ। ਅਤੇ ਕੱਲ੍ਹ ਲਾਸਟ ਡੇ ਸੀ ਜਦੋਂ ਅਖੀਰਲਾ ਦਿਨ ਸੀ ਸੈਸ਼ਨ ਦਾ, ਉੱਥੇ ਸਾਰੇ ਜਿਹੜੇ ਸਾਂਸਦ ਨੇ ਕਾਂਗਰਸ ਦੇ ਸੋਨੀਆ ਗਾਂਧੀ ਅਗਵਾਈ 'ਚ, ਉਹਨਾਂ ਨੇ ਬੈਨਰ ਚੱਕ ਕੇ ਪੂਰਾ ਪ੍ਰਦਰਸ਼ਨ ਕੀਤਾ। ਔਰ ਇੱਥੋਂ ਤੱਕ ਵੀ ਹੈ, ਪੰਜਾਬ ਦੇ ਜਿਹੜੇ ਸੁਨੀਲ ਜਾਖੜ ਨੇ ਮੈਂਬਰ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ, ਉਹਨਾਂ ਨੇ ਕਿਹਾ ਕਿ ਮੈਨੂੰ ਦਿਓ, ਇੱਦੂ ਤਾਂ ਮੈਂ ਸਸਤਾ ਬਣਾ ਦੂੰ। ਗੱਲ ਤਾਂ ਇਹ ਹੈ ਕਿ ਹੁਣ ਕਾਂਗਰਸ ਇਸ ਇਸ਼ੂ 'ਤੇ ਸੱਚਮੁੱਚ ਹੀ ਘੇਰ ਵੀ ਰਹੀ ਹੈ ਅਤੇ ਡਿਫੈਂਸਿਵ ਹੋਈ ਹੋਈ ਹੈ ਮੋਦੀ ਸਰਕਾਰ ਇਸ ਰਫਾਲ ਦੇ ਸੌਦੇ ਦੇ ਮਾਮਲੇ ਦੇ ਵਿੱਚ ਜੀ। ਡਾਕਟਰ ਸਾਹਿਬ, ਹੁਣ ਪੰਜਾਬ ਦੀ ਰਾਜਨੀਤੀ ਵੱਲ ਆਉਂਦੇ ਹਾਂ। ਆਮ ਆਦਮੀ ਪਾਰਟੀ ਦਾ ਜਿਹੜਾ ਦੁਫਾੜ ਪਣਾ ਵਾ ਉਹ ਵਧਣ ਦੇ ਆਸਾਰ ਹੀ ਦਿਨੋ ਦਿਨ ਜਿਹੜੇ ਨੇ ਦੇ ਲੱਗਦਾ। ਮੈਂ ਤਾਂ ਪਹਿਲਾਂ ਕਿਹਾ ਸੀ ਕਿ ਦੁਫਾੜ ਹੋ ਹੀ ਚੁੱਕੀ ਲਗਭਗ, ਹੁਣ ਉਹਦਾ ਕਾਰਨ ਇੱਕ ਹੋਰ ਹੈ ਕਿ ਅੱਜ ਜਿਹੜੀ ਗੜਸ਼ੰਕਰ ਦੇ ਵਿੱਚ ਇਹਨਾਂ ਨੇ ਸੁਖਪਾਲ ਧੜੇ ਨੇ ਆਪਣੀ ਜਿਹੜੀ ਹੈ ਉੱਥੇ ਕਮੇਟੀ ਬਣਾ ਦੇਣੀ ਹੈ। ਫਿਰ ਬਾਕੀ ਹੋਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਨੂੰ 2 ਅਗਸਤ ਦੀ ਕਨਵੈਨਸ਼ਨ ਨੇ ਇਹ ਅਧਿਕਾਰ ਦਿੱਤੇ ਕਿ ਅਸੀਂ ਆਪਦੇ ਜ਼ਿਲ੍ਹਾ ਪ੍ਰਧਾਨ ਬਣਾਈਏ, ਅਸੀਂ ਆਪਦੇ ਜ਼ੋਨ ਪ੍ਰਧਾਨ ਬਣਾਈਏ, ਅਸੀਂ ਉਹ ਸਾਰਾ ਕੁਛ ਉਹਨਾਂ ਨੇ ਜਿਹੜਾ ਕਰਨਾ ਸ਼ੁਰੂ ਕਰਤਾ। ਅਤੇ ਜਿਹੜੇ ਪਹਿਲਾਂ ਚੱਲ ਰਹੇ ਉਹਨਾਂ ਨਾਲ ਟਕਰਾਅ ਹੋਣਾ, ਟਕਰਾਅ ਤਾਂ ਇਹਨਾਂ ਦਾ ਇਸ਼ਰੂ ਦੇ ਮੇਲੇ 'ਤੇ ਹੀ ਹੋ ਜਾਣਾ ਜੀ। ਉੱਥੇ ਤਾਂ ਡਰ ਇਹ ਵੀ ਹੈ ਕਿਉਂਕਿ ਦੋਨੇ ਕਹਿੰਦੇ ਨੇ, ਸੁਖਪਾਲ ਖਹਿਰਾ ਵੀ ਕਹਿੰਦੇ ਪਾਰਟੀ ਸਾਡੀ ਹੈ, ਉਹ ਇਹ ਤਾਂ ਨਹੀਂ ਕਹਿੰਦੇ, ਕਹਿੰਦੇ ਜਿਵੇਂ ਕਿਸੇ ਹੋਰ ਦੀ ਉਨੀ ਸਾਡੀ ਹੈ। ਉੱਥੇ ਜਦੋਂ ਹੁਣ ਕਾਨਫਰੰਸ ਹੋਣੀ ਹੈ, ਉੱਥੇ ਜੇ ਇੱਕੋ ਕਾਨਫਰੰਸ ਇਕੱਠ 'ਚ ਚਲੇ ਗਏ ਤੇ ਫਿਰ ਤਾਂ ਸੱਚਮੁੱਚ ਹੀ ਟਕਰਾਅ ਦੀ ਸਥਿਤੀ ਹੈ। ਇੱਕ ਦੂਜੇ 'ਤੇ ਸ਼ਬਦੀ ਜੰਗ ਭਗਵੰਤ ਮਾਨ ਔਰ ਸੁਖਪਾਲ ਖਹਿਰਾ ਦੀ ਤਾਂ ਚੱਲ ਹੀ ਰਹੀ ਹੈ, ਸਭ ਨੂੰ ਪਤਾ ਹੈ ਕਿ ਹੁਣ ਬੜੇ ਤਿੱਖੇ ਲਫ਼ਜ਼ਾਂ 'ਚ ਇੱਕ ਦੂਜੇ 'ਤੇ ਵਾਰ ਕਰ ਰਹੇ ਨੇ। ਤਾਂ ਉਹ ਜਿਹੜੇ ਵਾਰ ਸਿਰਫ ਉੱਥੇ ਤੱਕ ਨਹੀਂ, ਸੁਖਪਾਲ ਖਹਿਰਾ ਨੇ ਇਹ ਕਹਿ ਤਾ ਵੀ ਜਿਹੜੇ 6 ਮਤੇ ਪਾਸ ਕੀਤੇ ਸੀ
ਉਹਨਾਂ ਤੋਂ ਅਸੀਂ ਪਿੱਛੇ ਨਹੀਂ ਹਟਣਾ। ਫਿਰ ਜਿਹੜੇ ਮਤੇ ਪਾਸ ਕੀਤੇ ਨੇ ਉਹਨਾਂ 'ਚ ਇੱਕ ਮਤਾ ਇਹ ਹੈ ਕਿ ਜਿਹੜੀ ਇਹ ਕਨਵੈਨਸ਼ਨ ਹੈ ਇਹ ਜਿਹੜੀ ਅਯੋਗਤਾ ਨੂੰ ਦੁਬਾਰਾ ਸਾਰੇ ਜਿਹੜੇ ਹੈ ਭੰਗ ਕਰਦੀ ਹੈ, ਜਿਹੜੀ ਸੰਗਠਿਤ ਢਾਂਚਾ ਉਹਨੂੰ ਦੁਬਾਰਾ ਬਣਾਉਣ ਦੀ ਆਗਿਆ ਦਿੰਦੀ ਹੈ। ਅਤੇ ਜਿਹੜਾ ਦੁਬਾਰਾ ਬਣਾਉਣਾ ਇਹਦਾ ਮਤਲਬ ਸਿੱਧਾ ਚੈਲੇਂਜ ਹੈ ਜਿਹੜਾ ਬਣਿਆ ਹੋਇਆ। ਤੋ ਇਹ ਸੱਚਮੁੱਚ ਹੀ ਹੁਣ ਜਿਹੜੀ ਇਹ ਲੜਾਈ ਬੜੀ ਤਿੱਖੀ ਅਤੇ ਦੂਜੇ ਸਮਝੌਤੇ ਦੇ ਅਸਾਰ ਕਾਫੀ ਹੱਦ ਤੱਕ ਘਟਦੇ ਜਾ ਰਹੇ। ਬਿਲਕੁਲ ਜੀ ਡਾਕਟਰ ਸਾਹਿਬ, ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਦੇ ਦੋਸ਼ ਦੇ ਵਿੱਚ ਜੋ ਐਸ ਪੀ ਦੇਸਰਾਜ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਜੀ। ਦੇਖੋ ਜੀ, ਇੱਕ ਅਨੋਖੀ ਗੱਲ ਸੀ, ਇੱਕ ਥਾਣੇਦਾਰ ਅਨੋਖ ਸਿੰਘ ਸੀ ਜੀ ਚੰਡੀਗੜ੍ਹ 'ਚ, ਉਹ 'ਤੇ ਕੋਈ ਕੇਸ ਅਕਸਰ ਥਾਣੇਦਾਰਾਂ 'ਤੇ ਕੇਸ ਹੋ ਜਾਂਦੇ ਨੇ। ਇਹ ਆਈ ਪੀ ਐੱਸ ਔਫਿਸਰ ਜਿਹੜੇ ਦੇਸਰਾਜ ਉੱਥੇ ਲੱਗੇ ਸੀ, ਇਹਨਾਂ ਨੇ ਉਹਨੂੰ ਕਿਹਾ ਵੀ ਮੈਂ ਤੇਰੇ ਹੱਕ 'ਚ ਰਿਪੋਰਟ ਲਿਖ ਦੂੰ, ਮੈਨੂੰ ਦੇ 5 ਲੱਖ ਜੀ। ਉਹ ਕਹਿੰਦਾ ਜੀ 5 ਤਾਂ ਹੈ ਨਹੀਂ, ਮੈਂ 2 ਦੇ ਦਿੰਦਾ। ਉਹ ਕਹਿੰਦਾ ਚੱਲ 2 ਦੇ ਦੇ, 2 'ਚ ਸੌਦਾ ਹੋ ਗਿਆ 1 ਲੱਖ। ਇਹਨੂੰ ਜਦੋਂ ਉਹਨੇ ਦਿੱਤਾ ਉੱਧਰੋਂ ਉਹਨੇ ਸੀ ਬੀ ਆਈ ਨੂੰ ਦੱਸਤਾ, ਫੜਿਆ ਗਿਆ, ਰੰਗੇ ਹੱਥੀ ਫੜਿਆ ਗਿਆ ਜੀ। ਔਰ ਕੱਲ੍ਹ ਜਿਹੜੀ ਚੰਗੀ ਗੱਲ ਹੋਈ, ਜਦੋਂ ਸਜ਼ਾ ਸੁਣਾਈ ਗਈ, ਸ਼ਾਇਦ ਕੋਈ ਜੱਜ, ਵੈਸੇ ਜੱਜਾਂ ਨੂੰ ਪੜ੍ਹਨ ਦਾ ਟਾਈਮ ਘੱਟ ਹੀ ਮਿਲਦਾ, ਇਹ ਸ਼ਾਇਦ ਪੜ੍ਹਿਆ ਹੋਇਆ ਜੱਜ ਸੀ ਜਿਸ ਨੇ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਹੈ ਨਮਕ ਦਾ ਕਾ ਦਰੋਗਾ, ਉਸ ਕਹਾਣੀ ਦੇ ਹਵਾਲੇ ਨਾਲ ਜਾਂ ਉਸ ਕਹਾਣੀ ਨੂੰ ਸੁਣਾ ਕੇ ਇਹਨੂੰ ਸਜ਼ਾ ਸੁਣਾਈ। ਉਹ ਕਹਾਣੀ ਦੇ ਵਿੱਚ ਇਹ ਹੁੰਦਾ ਕਿ ਇੱਕ ਨਮਕ ਦਾ ਦਰੋਗਾ, ਪੁਰਾਣੀ ਕਹਾਣੀ ਹੈ, ਮੁਨਸ਼ੀ ਪ੍ਰੇਮ ਚੰਦ 47-48 ਪੇਜ ਦੀ, ਉਹਦੇ ਵਿੱਚ ਉਹ ਦਰੋਗੇ ਨੂੰ ਸਮਗਲਰ ਜਿਹੜੇ ਨੇ ਉਹ 40,000 ਰੁਪਏ ਦੀ ਰਿਸ਼ਵਤ ਦਿੰਦੇ ਨੇ। ਉਸ ਵੇਲੇ 40,000 ਅੱਜ ਕੱਲ੍ਹ ਦੇ ਘੱਟੋ ਘੱਟ 20-25 ਲੱਖ ਦੇ ਮੁਕਾਬਲੇ ਹੋਏਗਾ, ਲੇਕਿਨ ਉਹ ਇਮਾਨਦਾਰ ਅਫਸਰ ਉਹਨੂੰ ਠੁਕਰਾ ਦਿੰਦਾ ਅਤੇ ਉਹਦੇ ਹਵਾਲੇ ਨਾਲ ਕਿਹਾ ਵੀ 1 ਪੈਸੇ ਤਾਂ ਇਹੋ ਜਿਹੇ ਦਰੋਗੇ ਰਹੇ ਨੇ, 1 ਸਾਡੇ ਇਹੋ ਜਿਹੇ ਬੰਦੇ ਨੇ, ਅਤੇ ਚੱਲ ਤੈਨੂੰ ਅਸੀਂ 3 ਸਾਲ ਦੀ ਸਜ਼ਾ ਸੁਣਾਈ। ਸੋ ਉਸਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ, ਹਾਲਾਂਕਿ ਉਹਦੀ ਜ਼ਮਾਨਤ ਹੋ ਗਈ, ਕੇਸ ਅੱਗੇ ਕਰੂਗਾ, ਲੇਕਿਨ ਇਹ ਇੱਕ ਮਿਸਾਲੀ ਸਜ਼ਾ ਜਦੋਂ ਇੱਕ ਆਈ ਪੀ ਐੱਸ ਅਫਸਰ ਨੂੰ ਚੰਡੀਗੜ੍ਹ ਦੇ ਜਿਹੜੇ ਹੈ ਅਦਾਲਤ ਨੇ ਕਿ ਸੀ ਬੀ ਆਈ ਅਦਾਲਤ ਨੇ ਕਿ ਇਹ ਸਜ਼ਾ ਸੁਣਾਈ ਹੈ। ਚਾਹੀਦਾ ਇਹ ਹੈ ਪੁਲਿਸ ਵਾਲਿਆਂ ਨੂੰ ਵੀ ਕਿ ਹੁਣ ਲੋਕ ਵੀ ਅਵੇਅਰ ਹੋ ਗਏ, ਅਦਾਲਤਾਂ ਵੀ ਹੁਣ ਜੇ ਤੁਸੀਂ ਕੁਛ ਐਸਾ ਕਰੋਗੇ ਤਾਂ ਫਿਰ ਸਜ਼ਾ ਦੇ ਹੱਕਦਾਰ ਹੋਵੋਗੇ। ਭ੍ਰਿਸ਼ਟਾਚਾਰ ਨੂੰ ਰੋਕਣਾ ਸਾਡੀ ਵੀ ਜ਼ਿੰਮੇਵਾਰੀ ਹੈ, ਔਰ ਇਹ ਵੀ ਗੱਲ ਹੋ ਗਈ ਜਿਹੜਾ ਭ੍ਰਿਸ਼ਟਾਚਾਰ ਦਿੰਦਾ ਜਿਹੜਾ ਪੈਸਾ ਅਤੇ ਜਿਹੜਾ ਲੈਂਦਾ, ਦੋਨੇ ਜ਼ਿੰਮੇਵਾਰ ਨੇ, ਬਚ ਕੇ ਰਹਿਣ ਦੀ ਲੋੜ ਹੈ, ਲੋਕਾਂ ਨੂੰ ਇਸ ਪਾਸੇ ਜਾਗਰੂਕ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਹੁਣ ਜੇ ਅਸੀਂ ਗੱਲ ਕਰੀਏ ਕੈਨੇਡਾ ਦੀ, ਤਾਂ ਕੈਨੇਡਾ ਦੇ ਫਰੈਂਡ ਰਿਕਟਨ ਵਿੱਚ ਗੋਲੀਬਾਰੀ ਹੋਈ, 4 ਜਣੇ ਹਲਾਕ ਹੋ ਗਏ ਸੀ। ਇਹ ਬੜੀ ਮਾੜੀ ਬਿਲਕੁਲ ਗੱਲ ਹੈ। ਪਿਛਲੇ ਮਹੀਨੇ ਵੀ ਉੱਥੇ ਜੀ ਟੋਰਾਂਟੋ ਦੇ ਵਿੱਚ ਹੋਇਆ ਸੀ, ਡਾਊਨਟਾਊਨ ਦੇ ਵਿੱਚ ਇੱਕ ਬੰਦੇ ਨੇ ਗੋਲੀ ਚਲਾਈ ਸੀ ਜੀ, ਅਤੇ ਹੁਣ ਇੱਥੇ ਗੋਲੀ ਚਲਾਈ ਹੈ। ਹਾਲਾਂਕਿ ਪੂਰੀ ਖਬਰ ਨਹੀਂ ਬਾਹਰ ਆਉਣ ਦਿੱਤੀ, ਲੇਕਿਨ ਪਤਾ ਇਹ ਲੱਗਿਆ ਕਿ 4 ਮੌਤਾਂ ਹੋ ਗਈਆਂ, ਔਰ ਕੋਈ ਬਹੁਤ ਵੱਡਾ ਸ਼ਹਿਰ ਵੀ ਨਹੀਂ ਹੈ ਜੀ ਜੀ, ਇਹ ਤਕਰੀਬਨ 60,000 ਬੰਦੇ ਉੱਥੇ ਲੋਕ ਰਹਿੰਦੇ ਨੇ ਅਲੱਗ ਅਲੱਗ ਕਮਿਊਨਿਟੀਜ਼ ਦੇ, ਅਤੇ ਉੱਥੇ ਗੋਲੀ ਚੱਲੀ ਹੈ। ਅਤੇ ਹੁਣ ਹਾਲੇ ਤਾਂ ਇਹ ਗੱਲ ਖਬਰ ਆਉਣੀ ਹੈ ਕਿ ਉਹਦੇ 'ਚ ਕਿਹੜੀ ਕਮਿਊਨਿਟੀ ਦੇ ਬੰਦੇ ਨੇ ਗੋਲੀ ਚਲਾਈ ਹੈ, ਕਿਉਂ ਚਲਾਈ ਹੈ, ਅਤੇ ਕਿਤੇ ਨਾ ਕਿਤੇ ਸਾਨੂੰ ਇਹ ਵੀ ਡਰ ਰਹਿੰਦਾ ਕਿ ਪੰਜਾਬੀ ਜਿਹੜੇ ਨੇ, ਜਿਵੇਂ ਹੁਣ ਸਰੀ ਦੇ ਵਿੱਚ ਜ਼ਿਆਦਾ ਗੈਂਗਵਾਰ ਦੀਆਂ ਖਬਰਾਂ ਆ ਰਹੀਆਂ ਨੇ, ਜਾਂ ਬ੍ਰਹਮਪੰਥ 'ਚ ਨਿਆਣੇ ਲੜਦੇ ਨੇ ਸਾਡੇ ਜਿਹੜੇ ਸਟੂਡੈਂਟ ਨੇ, ਕਿ ਉਹ ਨਾ ਕਿਤੇ ਇਹਦੇ 'ਚ ਇਨਵੋਲਵ ਹੋਣ, ਅਤੇ ਕਿਉਂਕਿ ਉਹਦੇ ਨਾਲ ਇਕੱਲੀ ਇਹ ਗੱਲ ਨਹੀਂ ਹੁੰਦੀ, ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਹੈ। ਪਰ ਜਦੋਂ ਪੂਰੀ ਖਬਰ ਆਉਂਦੀ ਆ ਉਹਦੀ ਅਸੀਂ ਟਿੱਪਣੀ ਕਰ ਸਕਾਂਗੇ, ਪਰ ਜੋ ਕੁਛ ਹੋਇਆ, ਅਮਰੀਕਾ 'ਚ ਹਥਿਆਰ ਬੜੀ ਆਰਾਮ ਨਾਲ ਮਿਲ ਜਾਂਦੇ ਨੇ, ਕੈਨੇਡਾ 'ਚ ਇੰਨੀ ਆਰਾਮੀ ਨਾਲ ਨਹੀਂ ਹਥਿਆਰ ਮਿਲਦੇ ਕਿ ਤੁਸੀਂ ਜਾਓ ਅਤੇ ਗਨ ਖਰੀਦ ਲਓ, ਲੇਕਿਨ ਕੈਨੇਡਾ 'ਚ ਇਸ ਕਿਸਮ ਦੀਆਂ ਘਟਨਾਵਾਂ ਦਾ ਵਧਣਾ ਸੱਚਮੁੱਚ ਹੀ ਨਿੰਦਣਯੋਗ ਹੈ, ਔਰ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਦਾ ਇੱਕ ਹੋਰ ਵੀ ਕਾਰਨ ਹੈ, ਕੈਨੇਡਾ ਦੇ ਵਿੱਚ ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਹੈ, ਔਰ ਨਾਲ ਸਾਡੇ VMP ਨੇ, ਮਿਨਿਸਟਰ ਨੇ, ਔਰ ਸਾਡਾ ਸੱਚਮੁੱਚ ਹੀ ਉਹਨਾਂ ਦਾ ਕੰਸਰਨ ਫੀਲ ਕਰਨਾ ਬਣਦਾ, ਤੋ ਅਸੀਂ ਕੰਸਰਨ ਫੀਲ ਕਰਦੇ ਹਾਂ, ਆਸ ਕਰਦੇ ਹਾਂ ਕਿ ਪੰਜਾਬੀ ਕਮਿਊਨਿਟੀ ਘੱਟੋ ਘੱਟ ਠੀਕ ਰਹੇਗੀ, ਬਚੀ ਹੋਏਗੀ, ਇਹ ਆਸ ਨਾਲ। ਵੈਸੇ ਤਾਂ ਕੋਈ ਵੀ ਕਮਿਊਨਿਟੀ ਹੋਵੇ, ਐਸਾ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਨਹੀਂ। ਡਾਕਟਰ ਸਾਹਿਬ, ਡੇਰਾ ਸਿਰਸਾ ਨੂੰ ਜ਼ਮੀਨ ਦਾਨ ਦੇਣ ਵਾਲੇ ਕੇਸਾਂ 'ਤੇ ਵੀ ਹੁਣ ED ਦੀ ਆਖਿਆ ਜੀ। ਉਹ ਇਹ ਦਾਨ ਕਾਹਦਾ ਸੀ, ਇਹ ਜਬਰੀ ਦਾਨ ਸੀ ਜੀ, ਇਹ ਜਬਰੀ ਦਾਨ ਸੀ। ਉਹ ਬੰਦੇ ਨੂੰ ਜਿਹੜੀ ਜ਼ਮੀਨ ਕਹਿੰਦਾ ਸੀ ਤੂੰ ਮੇਰੇ ਨਾਂ ਲਵਾ ਦੇ, ਉਹ ਕਈ ਕਿਸਮ ਦੇ ਪ੍ਰੈਸ਼ਰ ਉੱਤੇ ਪਾਉਂਦਾ ਸੀ ਅਤੇ ਉਹਨੇ ਕੀਤਾ। ਹੁਣ ਹੋਇਆ ਕਿ ED ਇਹ 'ਤੇ ਹੁਣ ਕਰ ਰਹੀ ਹੈ ਚੈੱਕ ਜੀ। ਤਕਰੀਬਨ 67 ਦਾਨੀ ਦੀ ਲਿਸਟ ਐਸੀ ਆ ਗਈ
ਜਿਹਨੇ ਕਰੋੜਾਂ ਰੁਪਏ ਦੀ ਜਿਹੜੇ ਹੈ ਫਿਰ ਤਾਂ ਟੈਕਸ ਵੀ ਚੋਰੀ ਹੋ ਗਏ ਨਾ, ਜਦੋਂ ਤੁਸੀਂ ਦਾਨ ਦੇਣ ਦਾ ਟੈਕਸ ਨਹੀਂ ਲੱਗਦਾ, ਸਰਕਾਰ ਨੂੰ ਵੀ ਤਾਂ ਚੂਨਾ ਲੱਗਿਆ, ਅਤੇ ਉਹਦੇ ਵਿੱਚ ਉਹਦੇ ਜ਼ਿਆਦਾ ਪੰਜਾਬ ਦੇ ਨਾਲ ਸੰਬੰਧਿਤ ਨੇ, ਅਤੇ ਉਹ ਦਾਨੀਆਂ ਦੀ ਲਿਸਟ ਤਿਆਰ ਹੈ, ਅਤੇ ਉਹ ਜਿਨ੍ਹਾਂ ਨੇ ਮਤਲਬ ਇਹ ਦਾਨ ਦਿੱਤਾ ਸੀ, ਜਿਨ੍ਹਾਂ ਨੇ ਮੁਰੱਬੇ ਲਵਾਏ ਸੀ ਸੰਤ ਦੇ ਨਾਂ, ਉਹ ਵੀ ਹੁਣ ਤਿਆਰ ਰਹਿਣ, ਲੱਗਦਾ ਇਹ ਹੈ ਕਿ ਉਹਨਾਂ 'ਤੇ ਵੀ ਕਾਰਵਾਈ ਹੋਏਗੀ। ਜੀ ਡਾਕਟਰ ਸਾਹਿਬ, ਦਿੱਲੀ ਦੇ ਇੱਕ ਨਿੱਜੀ ਸਕੂਲ ਵਿੱਚ ਦੂਸਰੀ ਕਲਾਸ ਦੀ ਬੱਚੀ ਦੇ ਨਾਲ ਜਬਰ ਕੀ ਕਰੀਏ, ਹਰ ਰੋਜ਼ ਬੜੀ ਉਦਾਸੀ ਨਾਲ ਇਸ ਕਿਸਮ ਦੀ ਖਬਰਾਂ ਪੜ੍ਹਨੀਆਂ ਅਤੇ ਉਹਨਾਂ 'ਤੇ ਟਿੱਪਣੀ ਕਰਨੀ ਪੈਂਦੀ ਹੈ। ਹੁਣ ਇਹ ਬੱਚੀ ਹੈ, ਦੂਜੀ ਕਲਾਸ ਦੀ ਹੈ, ਔਰ ਉੱਥੋਂ ਦਾ ਹੀ ਮੁਲਾਜ਼ਮ ਹੈ, ਇਲੈਕਟ੍ਰੀਸ਼ਨ ਹੈ, ਬਿਜਲੀ ਮੁਲਾਜ਼ਮ ਹੈ, ਉੱਥੋਂ ਦਾ ਹੀ, ਉਸੇ ਸਕੂਲ ਦਾ। ਬੱਚੀ ਨੂੰ ਉੱਥੇ ਇੱਕ ਕਮਰੇ 'ਚ ਲੈ ਕੇ ਤਾਂ ਡਰਾਇਆ, ਬੱਚੀ ਡਰ ਗਈ ਵਿਚਾਰੀ। ਉਹ ਤਾਂ ਜਦੋਂ ਘਰ ਗਈ ਨਾ, ਉਹਦੇ ਕੱਪੜਿਆਂ 'ਤੇ ਖੂਨ ਜਿਹੜਾ ਸੀ ਉਹਨੂੰ ਦੇਖ ਕੇ ਮਾਂ ਨੇ ਪੁੱਛਿਆ, ਉਹਨੇ ਫਿਰ ਸੱਚੋ ਸੱਚ ਦੱਸਿਆ, ਹਸਪਤਾਲ ਲੈ ਕੇ ਗਏ, ਪੁਸ਼ਟੀ ਹੋ ਗਈ ਕਿ ਤਾਂ ਬੱਚੀ ਰੇਪ ਹੋਈ ਹੈ। ਹੁਣ ਇਹ ਉੱਥੇ ਦਿੱਲੀ ਦੇ ਵਿੱਚ ਹੋ ਰਿਹਾ, ਜਿਹੜੀ ਗੱਲ ਸਮਝਣ ਵਾਲੀ ਹੈ ਕਿ ਦਿੱਲੀ ਦੇ ਵਿੱਚ ਇਹ ਘਟਨਾ ਹੋਈ ਹੈ, ਅਤੇ ਉੱਥੇ ਅਸੀਂ ਸਭ ਤੋਂ ਜ਼ਿਆਦਾ ਮੰਨਦੇ ਹਾਂ ਕਿ ਪ੍ਰਚਾਰ ਹੁੰਦਾ ਕਿ ਜੀ ਫਾਂਸੀ ਹੋਊਗੀ, ਜਿਹੜਾ 12 ਸਾਲ ਦੇ ਬੱਚੇ ਘੱਟ ਬੱਚਿਆਂ ਨਾਲ ਕਰੇਗਾ, ਤਾਂ ਆਹ ਦੇਖ ਲਓ ਤੁਹਾਡੇ ਸਾਹਮਣੇ ਫਾਂਸੀ ਦਾ ਕਾਨੂੰਨ ਹੋਣ ਦੇ ਬਾਵਜੂਦ ਹਰ ਰੋਜ਼ ਇਹ ਘਟਨਾਵਾਂ 'ਚ ਵਾਧਾ ਹੋ ਰਿਹਾ। ਹਿੰਦੁਸਤਾਨ ਨੂੰ ਪਤਾ ਨਹੀਂ ਕੀ ਹੋਇਆ, ਇਸ ਕਿਸਮ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਜੀ ਡਾਕਟਰ ਸਾਹਿਬ, 2 ਸਾਲ ਬਾਅਦ ਇੱਕ ਰੇਪ ਦਾ ਦੋਸ਼ੀ ਫੜਿਆ ਗਿਆ, 80 ਸਾਲਾ ਬਜ਼ੁਰਗ ਨੂੰ ਰੇਪ ਤੋਂ ਬਾਅਦ ਉਹਨੇ ਕਤਲ ਕੀਤਾ ਸੀ। ਹਾਂ, ਇਹ ਪਟਿਆਲੇ ਦੇ ਲਾਗੇ ਜਿਸਨੇ ਫੜਿਆ ਗਿਆ, ਗੁਰਦੁਆਰਾ ਬਹਾਦਰਗੜ੍ਹ ਸਾਹਿਬ ਹੈ ਨਾ, ਜਦੋਂ ਰਾਜਪੁਰੇ ਨੂੰ ਜਾਈਏ ਉੱਥੇ, ਉਹਦੇ ਨਾਲ ਹੀ ਉਹ ਪਿੰਡ ਹੈ ਦਾਉਣ ਕਲਾਂ ਦਾ, ਉਹ ਉਸ ਨੇ 80 ਸਾਲਾ, ਕਈ ਵਾਰ ਤਾਂ ਇਦੋਂ ਵੀ ਜ਼ਿਆਦਾ ਉਸ ਬਜ਼ੁਰਗ ਔਰਤ ਦੀ ਜਿਹੜੀ ਉਮਰ ਲਿਖਦੇ ਨੇ, ਔਰ ਇਹ ਗੂੰਗਾ ਹੈ, ਉਹ ਗੂੰਗਾ ਚੱਕਿਆ ਔਰਤ ਨੂੰ, ਬਜ਼ੁਰਗ ਮਾਂ ਨੂੰ ਲੈ ਗਿਆ, ਰੇਪ ਕੀਤਾ, ਉਹਨੇ ਪਛਾਣ ਲਿਆ, ਇਹਨੇ ਮਾਰਤਾ, ਉਦੋਂ ਬਾਅਦ ਇਹ ਭੱਜ ਗਿਆ, ਭੱਜ ਕੇ ਹੀਜੜਿਆਂ ਨਾਲ ਜਾ ਰਲਿਆ, 2 ਸਾਲ ਹੀਜੜਿਆਂ ਨਾਲ ਹੀ ਰਿਹਾ, 2 ਕੁ ਮਹੀਨੇ ਪਹਿਲਾਂ ਇੱਥੇ ਆਇਆ, ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਕੱਢਤਾ, ਅਤੇ ਹੁਣ ਫੜਿਆ ਗਿਆ, ਫੜਿਆ ਵੀ ਬੜੇ ਦਿਲਚਸਪ ਢੰਗ ਨਾਲ ਗਿਆ, ਇਹਦੇ ਪੈਰ ਬਹੁਤ ਲੰਬੇ ਨੇ, ਫੁੱਟ ਪ੍ਰਿੰਟਾਂ ਤੋਂ ਫੜਿਆ ਗਿਆ, ਔਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਪਹਿਲੇ ਰੱਬ ਨੇ ਉਹਨੂੰ ਤਾਂ ਸਜ਼ਾ ਦਿੱਤੀ ਹੋਈ ਹੈ, ਗੂੰਗਾ ਉਹ, ਔਰ ਮਾਂ ਦੀ ਵੀ, ਦਾਦੀ ਦੀ ਉਮਰ ਦੀ, ਪਤਾ ਨਹੀਂ ਹੁਣ, ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ, ਹਾਲਾਤ ਬਹੁਤ ਮਾੜੇ ਨੇ, ਬਹੁਤ ਨਿੰਦਣਯੋਗ ਹੈ ਇਹੋ ਜਿਹੀਆਂ ਘਟਨਾਵਾਂ। ਜੀ ਡਾਕਟਰ ਸਾਹਿਬ, ਰਾਜਪੁਰਾ ਦੇ ਚਿਲਡਰਨ ਹੋਮ ਵਿੱਚੋਂ ਵੀ 3 ਬੱਚੇ ਗਾਇਬ ਨੇ ਜੀ। ਮੈਂ ਇੱਥੇ ਤੈਨੂੰ ਹੋਰ ਗੱਲ ਦੱਸਾਂ ਮਨਦੀਪ, ਕਿ ਇਕੱਲਾ ਇਹ ਨਹੀਂ ਹੈ, ਪੜ੍ਹੇ ਲਿਖੇ ਲੋਕਾਂ ਦਾ ਹਾਲ ਹੈ। ਅੱਜ ਦੀ ਇੱਕ ਹੋਰ ਖਬਰ ਹੈ, ਅਸਾਮ ਦੀ ਖਬਰ ਹੈ, ਗੋਹੋਨ ਜਿਹੜੇ ਰਾਜ ਮੰਤਰੀ ਕੇਂਦਰ ਦੇ ਵਿੱਚ ਨੇ, ਰੇਲਵੇ ਰਾਜ ਮੰਤਰੀ, ਉਹ ਵੀ ਰੇਪ ਦੇ ਕੇਸ 'ਚ ਫਸ ਗਏ, 24 ਸਾਲਾ ਕੁੜੀ ਨੇ ਉਹਨਾਂ 'ਤੇ ਜਬਰ ਜਨਾਹ ਦਾ ਲਾਇਆ। ਹੁਣ ਤੁਸੀਂ ਦੇਖੋ, ਇੱਕ 2 ਸਾਲ ਦੀ ਬੱਚੀ, ਇੱਕ 80 ਸਾਲ ਦੀ ਔਰਤ, ਇੱਕ 24 ਸਾਲ ਦੀ, ਔਰ ਜਿਹੜਾ ਕਰਨ ਵਾਲਾ ਇੱਕ ਗੂੰਗਾ ਹੈ, ਇੱਕ ਮੁਲਾਜ਼ਮ ਹੈ ਸਕੂਲ ਦਾ, ਤੀਜਾ ਤਾਂ ਮੰਤਰੀ ਹੈ। ਮਤਲਬ ਇਹ ਇੱਕ ਦਿਨ ਦੀਆਂ ਖਬਰਾਂ ਜਿਹੜੀਆਂ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਇਹ ਅਫਸੋਸ ਵਾਲੀ ਗੱਲ ਹੈ। ਅੱਛਾ, ਉਹ ਜਿਹੜਾ ਚਿਲਡਰਨ ਹੋਮ ਦੇ ਵਿੱਚ ਯਤੀਮ ਘਰ ਹੈ, ਉੱਥੇ ਦੇ ਜਿਹੜੇ 3 ਬੱਚੇ ਭੱਜੇ ਨੇ, ਇਹ ਪਹਿਲਾਂ ਵੀ ਇਸ ਕਿਸਮ ਦੀਆਂ ਖਬਰਾਂ ਉੱਥੋਂ ਜਦੋਂ ਲੋਕ ਮਿਲਦੇ ਨੇ, ਉਹਨਾਂ ਬੱਚੇ ਦੇਖੋ ਨਾ, ਬੱਚੇ ਸਕੂਲ 'ਚ ਜਾਂਦੇ ਨੇ, ਸਕੂਲਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਹੁਣ, ਬੱਚੇ ਅਵੇਅਰ ਹੋ ਗਏ, ਉਹ ਫੈਸਿਲਿਟੀਜ਼ ਉਹਨਾਂ ਨੂੰ ਮਿਲ ਨਹੀਂ ਰਹੀਆਂ, ਔਰ ਉਹ ਭੱਜ ਗਏ ਨੇ। ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣਾ ਬੰਦ ਕਰਤੇ ਸੀਸੀਟੀਵੀ ਕੈਮਰੇ, ਰਾਜਪੁਰੇ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਦੇਖੇ, ਉੱਥੇ ਵੀ ਨਹੀਂ ਪਤਾ ਲੱਗਿਆ, ਡਰ ਹੈ ਕਿ ਉਹ ਅੰਮ੍ਰਿਤਸਰ ਨਾ ਭੱਜ ਗਏ ਹੋਣ, ਆਮ ਤੌਰ 'ਤੇ ਗੁਰਦੁਆਰੇ ਜਾਂਦੇ ਨੇ, ਅਤੇ ਹਾਲੇ ਤੱਕ ਫੜੇ ਨਹੀਂ ਗਏ। ਦੁੱਖ ਦੀ ਗੱਲ ਹੈ, ਇਹ ਜਿਹੜੇ ਘਰਾਂ ਦੇ ਵਿੱਚ ਸਰਕਾਰ ਪੈਸੇ ਲਾਉਂਦੀ ਹੈ, ਇਹ 'ਤੇ ਜ਼ਿਆਦਾ ਚੈੱਕ ਰੱਖਣ ਦੀ ਲੋੜ ਹੈ। ਡਾਕਟਰ ਸਾਹਿਬ, ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਸ਼ੈਲਟਰ ਹੋਮਸ ਦੇ ਵਿੱਚ ਔਰਤਾਂ ਦੇ ਨਾਲ ਕਦੋਂ ਤੱਕ ਅਤਿਆਚਾਰ ਹੁੰਦਾ ਰਹੇਗਾ ਜੀ? ਤੁਕ ਗੱਲ ਤਾਂ ਉਹੀ ਹੈ, ਦੇਖੋ, ਇੱਕ ਤਾਂ ਇਹ ਭੱਜੇ ਬੱਚੇ ਤਾਂ ਚਲੋ, ਉਹ ਦੋਨੇ ਬਿਹਾਰ ਅਤੇ ਯੂਪੀ ਦੇ ਵਿੱਚ ਔਰਤਾਂ ਦੇ ਜਿਹੜੇ ਸ਼ੈਲਟਰ ਹੋਮ ਨੇ, ਜਿਨ੍ਹਾਂ ਦਾ ਸਭ ਨੂੰ ਪਤਾ ਹੈ ਕਿ ਹੁਣ ਉਹ ਸਾਹਮਣੇ ਆਇਆ ਸਾਡੇ, ਜਿਸ ਤਰੀਕੇ ਨਾਲ ਔਰਤਾਂ ਨਾਲ ਉੱਥੇ ਵਿਵਹਾਰ ਹੋਇਆ, ਬੱਚਿਆਂ ਨਾਲ ਵਿਵਹਾਰ ਹੋਇਆ ਉਹਨਾਂ ਦੇ, ਅਤੇ ਉਹ ਸੁਪਰੀਮ ਕੋਰਟ ਦੇ ਕਦੋਂ ਤੱਕ? ਮੈਂ ਸਮਝਦਾ ਕਿ ਅੱਜ ਕੱਲ੍ਹ ਹਰ ਚੀਜ਼ ਸੁਪਰੀਮ ਕੋਰਟ ਨੂੰ ਕਰਨੀ ਪੈ ਰਹੀ ਹੈ, ਸਰਕਾਰਾਂ ਦੀ ਵੀ ਤਾਂ ਕੋਈ ਡਿਊਟੀ ਬਣਦੀ ਹੈ। ਸੁਪਰੀਮ ਕੋਰਟ ਕਹਿੰਦੀ ਕਦੋਂ ਤੱਕ ਤੁਸੀਂ ਔਰਤਾਂ 'ਤੇ ਜ਼ੁਲਮ ਕਰਦੇ ਰਹੋਗੇ, ਅਤੇ ਕਿਹੜੇ ਕਿਹੜੇ ਬੰਦੇ ਉਹਦੇ 'ਚ ਵੀ ਤਾਂ ਤੁਸੀਂ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੇ, ਈਵਨ ਇੱਕ ਮੰਤਰੀ ਨੂੰ ਰਿਜ਼ਾਈਨ ਕਰਨਾ ਪਿਆ, ਉਹਦਾ ਪਤੀ ਉੱਥੇ ਜਾਂਦਾ ਸੀ,
ਤੋ ਇਹ ਸਾਰਾ ਜਿਹੜਾ ਹੈ ਨਾ ਸੁਪਰੀਮ ਕੋਰਟ ਨੇ ਕੱਲ੍ਹ ਇਸ ਗੱਲ ਨੂੰ ਲੈ ਕੇ ਗੰਭੀਰ ਨੋਟਿਸ ਲਿਆ ਔਰ ਲੱਗਦਾ ਇਹ ਹੈ ਕਿ ਅੱਜ ਕੱਲ੍ਹ ਸਰਕਾਰ ਦੀ ਬਜਾਏ ਸੁਪਰੀਮ ਕੋਰਟ ਜਿਹੜੀ ਹੈ ਡਾਇਰੈਕਸ਼ਨ ਜ਼ਿਆਦਾ ਦੇਣ ਮਜਬੂਰੀ ਬਣ ਗਈ ਉਹਦੀ ਕਿਉਂਕਿ ਸਰਕਾਰਾਂ ਇਸ ਨੂੰ ਬਹੁਤ ਲਾਈਟਲੀ ਲੈ ਰਹੀਆਂ ਨੇ। ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਕੁਛ ਵਾਪਰ ਰਿਹਾ ਸਾਡੇ ਦੇਸ਼ ਦੇ ਵਿੱਚ। ਬਿਲਕੁਲ ਡਾਕਟਰ ਸਾਹਿਬ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਹ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਧੰਨਵਾਦ ਆਪ ਜੀ ਦਾ, ਧੰਨਵਾਦ ਦਰਸ਼ਕਾਂ ਦਾ। ਸ਼ੋਅ ਦੇਖਣ ਦੇ ਲਈ ਹੁਣ ਸਾਨੂੰ ਵਿਆਹ ਗਿਆ। ਸਤਿ ਸ਼੍ਰੀ ਅਕਾਲ।